ਦੋਸਤੋ ਮੁੜ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ ਵਿਚਾਰ ਵਟਾਂਦਰਾ ਅੱਜ ਅਸੀਂ ਕਰ ਰਹੇ ਹਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਨਵੀਨ ਜੀ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਔਰ ਵੱਖ ਵੱਖ ਪਾਰਟੀ ਦੇ ਹੁਣ ਕੀ ਉਹਨਾਂ ਨੇ ਆਪਣੀ ਰਣਨੀਤੀ ਤੈਅ ਕੀਤੀ ਹੋਈ ਹੈ ਕਿ ਰੋਡ ਮੈਪ ਹੋਏਗਾ ਉਹ ਥੋੜ੍ਹਾ ਜਿਹਾ ਵਿਚਾਰ ਕਰ ਲੈਂਦੇ ਹਾਂ ਦੇਖ ਪਾ ਰਹੇ ਕਾਫੀ ਸਾਰੇ ਕਾਲਰਸ ਵੀ ਇਸ ਟਾਈਮ ਕਿਊ ਦੇ ਉੱਤੇ ਨੇ ਲੇਕਿਨ ਮੈਂ ਇੱਕ ਵਾਰੀ ਪਹਿਲਾਂ ਇਹਨਾਂ ਕਾਲਰਸ ਦੀ ਕਾਲ ਲੈ ਲਾਂ ਮੈਂ ਬੜੀ ਦੇਰ ਤੋਂ ਇਹਨਾਂ ਦੇ ਕਾਲ ਕਿਊ ਦੇ ਵਿੱਚ ਹੈਗੀ ਫਿਰ ਵਿਚਾਰ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਨ ਏਅਰ ਹੋ ਕੌਣ ਬੋਲ ਰਹੇ ਕਿੱਥੋਂ ਬੋਲ ਰਹੇ ਹਾਂਜੀ ਛੋਟੇ ਭਾਈ ਹਰਕੀਰਤ ਤੇ ਛੋਟੇ ਭਾਈ ਸਰਬੰਜੀ ਪਿਆਰ ਭਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੱਕਣ ਸਿੰਘ ਜੀ ਸਤਿ ਸ਼੍ਰੀ ਅਕਾਲ ਹਾਂਜੀ ਦੇਖੋ ਮੈਂ ਸਿਰਫ ਤੁਹਾਡੇ ਕੋਲ ਅੱਧਾ ਮਿੰਟ ਲੈਣਾ ਕਿ ਕੌਮਾਂ ਦਾ ਉਹਨਾਂ ਦਾ ਜੋ ਆਪਣੇ ਪੰਜਾਬ ਦਾ ਕੌਮਾਂ ਦਾ ਬੇੜਾ ਗਰਕ ਕਿੱਦਾਂ ਹੁੰਦਾ ਜੀ ਕਿ ਇੱਕ ਪੜ੍ਹਿਆ ਲਿਖਿਆ ਜੋ ਇਨਸਾਨ ਹੁੰਦਾ ਉਹਦੀ ਦਲੀਲ ਉਹ ਸੱਚਾ ਹੁੰਦਾ ਉਹਦੀ ਦਲੀਲ ਇੱਕ ਹੋਊਗੀ ਜੀ ਜਿਹੜੇ ਰਿਜ਼ਰਵੇਸ਼ਨ ਤੁਸੀਂ ਲਾ ਲਓ ਤੁਸੀਂ ਇੱਕ ਦਸਵੀਂ ਨਕਲ ਮਾਰ ਕੇ ਪਾਸ ਕਰਕੇ ਉਹ ਟੀਚਰ ਲੱਗੇ ਆ ਜਾਂ ਇੱਕ ਪੜ੍ਹੇ ਲਿਖੇ ਜੋ ਡਿਗਰੀ ਹੋਲਡਰ ਆ ਉਹ ਵਿਹਲੇ ਤੁਰੇ ਫਿਰਦੇ ਆ ਤੇ ਦੱਸੋ ਵਿਦਿਆ ਸਾਡਾ ਪੰਜਾਬ ਕਿੱਦਾਂ ਅੱਗੇ ਆ ਜਾਊਗਾ ਜੀ 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 ਇੱਕ ਅਨਪੜ੍ਹ ਜਿੱਦਾਂ ਰਿਜ਼ਰਵੇਸ਼ਨ ਵਿੱਚ ਇੱਕ ਅਨਪੜ੍ਹ ਜਿੱਦਾਂ ਸਰਪੰਚ ਲੱਗ ਜਾਊਗਾ ਤੇ ਜਿਹੜਾ ਪੜ੍ਹਿਆ ਲਿਖਿਆ ਉਹ ਜਿਹਨੂੰ ਅਕਲ ਆ ਉਹ ਕਰ ਸਕਦਾ ਪਿੰਡ ਲਈ ਉਹ ਵਿਹਲਾ ਤੁਰਿਆ ਫਿਰਦਾ ਉਹਨੂੰ ਉਹਨੂੰ ਕੋਈ ਪੁੱਛਦਾ ਨਹੀਂ ਗਾ ਤੇ ਦੂਜੇ ਨੂੰ ਸਰਪੰਚ ਇੱਥੋਂ ਆਣ ਕੇ ਕੌਮ ਆਪਣੀਆਂ ਮਾਰ ਖਾ ਰਹੀਆਂ ਦੇਖੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਦਿਲ ਇੱਕ ਦਲੀਲਾਂ ਦੋ ਦਲੀਲ ਪੜ੍ਹੇ ਲਿਖੇ ਦੀ ਇੱਕ ਹੋਊਗੀ ਔਰ ਜਿਹੜੇ ਇੱਦਾਂ ਦੇ ਉਹਨਾਂ ਦੀਆਂ ਦਲੀਲਾਂ ਪੈਰ ਪੈਰ ਤੇ ਬਦਲ ਜਾਣਗੀਆਂ ਮਤਲਬ ਉਹਨਾਂ ਦੇ ਜਿਹੜੇ ਭਾਵ ਹੋਣਗੇ ਉਹਨਾਂ ਦੇ ਤਰਕ ਹੋਣਗੇ ਉਹ ਡਿਫਰੈਂਟ ਹੋਣਗੇ ਦੋਨਾਂ ਦੇ ਵਿੱਚ ਦੇਖੋ ਮੈਂ ਥੋੜੀਆਂ ਜਿਹੀਆਂ ਲਾਈਨਾਂ ਜੇ ਸੁਣ ਲਓ ਤਾਂ ਬੜੀਆਂ ਕਾਬਲੇ ਗੌਰ ਆ ਤੁਹਾਡੀ ਜੇ ਮਿਹਰ ਹੋਵੇ ਤਾਂ ਮੈਂ ਕਹਿੰਦੇ ਵੀ ਦੇਖੋ ਉਹ ਦਲੀਲ ਆ ਕਿਸੇ ਵੇੜੇ ਖਿੜ ਖਿੜ ਖੀਵਾ ਹੋ ਜਾਓ ਕਿਸੇ ਵੇੜੇ ਪੈਨਾ ਰੋ ਦਿਲ ਇੱਕ ਦਲੀਲਾਂ ਦੋ ਇਹ ਪਹਿਲੀ ਦਲੀਲ ਦੇਖੋ ਜਿਹੜਾ ਪੜ੍ਹਿਆ ਲਿਖਿਆ ਸੱਚਾ ਇਨਸਾਨ ਉਹ ਕਹਿੰਦਾ ਇੱਕ ਕਹੇ ਡਰਨਾ ਬਾਹਰ ਨਿਕਲ ਤੂੰ ਉਹ ਝਾਤੀ ਮਾਰ ਦੁਆਲੇ ਵੱਲ ਤੂੰ ਟੇਕ ਬੁਝਾ ਦੇ ਗੰਦ ਹਟਾ ਦੇ ਆਂਢ ਗੁਆਂਢੀਆਂ ਨੂੰ ਠੰਡ ਪਾ ਦੇ ਇਹੋ ਜਹਾਨ ਬਹਿਸ਼ਤ ਬਣਾ ਲੈ ਉਹ ਪਿਆਰਾਂ ਦੀ ਫਲਵਾੜੀ ਲਾ ਲੈ ਆਦਰ ਦੀ ਖੁਸ਼ਬੂ ਦਿਲ ਇੱਕ ਦਲੀਲਾਂ ਤੋਂ ਹੁਣ ਦਲੀਲ ਦੂਜੀ ਕੀ ਦੇਖੋ ਪਹਿਲੀ ਦਲੀਲ ਉਸ ਆਦਮੀ ਦੀ ਦੂਜੀ ਕਹੇ ਕਿਉਂ ਟੱਕਰਾ ਮਾਰੇ ਦੇਖੋ ਦੂਜੇ ਦੇ ਵਿਚਾਰ ਪਿਆ ਪਰਾਏ ਉਹ ਡੰਗਰ ਚਾਰੇ ਆਪਣਾ ਆਪ ਨਵੇੜ ਬਖੇੜਾ ਲਾਹ ਸੁੱਟ ਗਲੋਂ ਬਗਾਨਾ ਝੇੜਾ ਹੁਣ ਕੀ ਦੂਜੇ ਬਾਰੇ ਸੋਚਣਾ ਉਹ ਤਾਂ ਆਪਣੇ ਵੀ ਤੂੰ ਆਪਦਾ ਸੋਚ ਤੂੰ ਸਭ ਦਾ ਚਾਚਾ ਨਹੀਂ ਲੱਗਦਾ ਫਿਕਰ ਪੈ ਗਿਆ ਸਾਰੇ ਜੱਗ ਦਾ ਉਹ ਬਹਿ ਜਾ ਲਾਂਭੇ ਹੋ ਦੇਖੋ ਉਹਦੀ ਦਲੀਲ ਕੀ ਕਹਿੰਦੀ ਆ ਜੀ ਤੇ ਹੁਣ ਹੁਣ ਐਂਡ ਵਿੱਚ ਦੇਖੋ ਕਹਿੰਦਾ ਬਾਜ ਆਈ ਜੇ ਤਕੜਾ ਹੋਵੇ ਪੂਰੀਆਂ ਹੋਣ ਦਲੀਲਾਂ ਦੋਵੇਂ ਦੇਖੋ ਦਲੀਲਾਂ ਜੇ ਦੋਨੇ ਪੂਰੀਆਂ ਹੋ ਜਾਣ ਕਹਿੰਦਾ ਦੋ ਹੱਥੀਂ ਦੋ ਰਾਸਾਂ ਫੜ ਕੇ ਉਹ ਕਾਬੂ ਕਰ ਲੈ ਉੱਪਰ ਚੜ ਕੇ ਆਪ ਕਿਸੇ ਤੋਂ ਕਾਮ ਨਾ ਖਾ ਤੂੰ ਦੋਵੇਂ ਆਪਣੇ ਮਗਰ ਚਲਾ ਤੂੰ ਤਾਣ ਕੇ ਜਰਾ ਖਲੋ ਉਹ ਦਿਲ ਇੱਕ ਦਲੀਲਾਂ ਦੋ ਜੇ ਇਹ ਦਲੀਲਾਂ ਸੱਚਾ ਇਨਸਾਨ ਪੂਰਾ ਕਰ ਸਕਦਾ ਨਹੀਂ ਤਾਂ ਦੂਜੇ ਦੀਆਂ ਤਾਂ ਪੈਰ ਪੈਰ ਤੇ ਬਦਲ ਜਾਣਗੇ ਉਹ ਕੌਮ ਦੱਸੋ ਕਿੱਦਾਂ ਕਿੱਦਾਂ ਅੱਗੇ ਆ ਜਾਊ ਕਿੱਦਾਂ ਤਰੱਕੀ ਕਰ ਜਾਊਗੀ ਮੈਂ ਬਸ ਇੰਨਾ ਪਿਆਰ ਭਰੀ ਸਤਿ ਸ੍ਰੀ ਅਕਾਲ ਇੰਨਾ ਹੀ ਕਹਿਣਾ ਚਾਹੁੰਦਾ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਅਤੇ ਜਿਵੇਂ ਸਾਡੇ ਕਾਲਰਸ ਉਹਨਾਂ ਦੇ ਆਪਣੇ ਵਿਚਾਰ ਸਾਹਮਣੇ ਆ ਰਹੇ ਹਨ ਅਤੇ ਉਹਨਾਂ ਦਾ ਕਹਿਣ ਦਾ ਭਾਵ ਹੈ ਕਿ ਬਈ ਪੜ੍ਹਾ ਲਿਖਿਆ ਹੋਣਾ ਚਾਹੀਦਾ ਤਾਂ ਕਿ ਬਿਊਰੋਕਰੈਟ ਦੇ ਆਫਿਸ ਦੇ ਵਿੱਚ ਜਾ ਕੇ ਗੱਲ ਕਰ ਸਕੇ ਅਫਸਰ ਸ਼ਾਹੀ ਦੇ ਨਾਲ ਜਾ ਕੇ ਗੱਲ ਕਰ ਸਕੇ ਔਰ ਜਿਹੜੇ ਮੁੱਦੇ ਹਨ ਉਹਨਾਂ ਨੂੰ ਵੀ ਕੰਕਲੂਡ ਕਰ ਸਕੇ ਐਂਡ ਆਫ ਦਾ ਡੇ ਹੈ ਨਾ ਗੱਲ ਕਰ ਸਕੇ ਉਹਨਾਂ ਬਾਰੇ ਵਿਚਾਰ ਕਰ ਸਕੇ ਆਪਣੇ ਆਪਣੇ ਪ੍ਰਤੀਕਰਮ ਦਰਸ਼ਕਾਂ ਦੇ ਸਾਹਮਣੇ ਆ ਰਹੇ ਲੇਕਿਨ ਇੱਥੇ ਅਸੀਂ ਗੱਲ ਕਰ ਰਹੇ ਸੀਗੇ ਕਿ ਵੱਖ ਵੱਖ ਪਾਰਟੀ ਦਾ ਹੁਣ ਰਣਨੀਤੀ ਕੀ ਹੋਏਗੀ ਦੇਖੋ ਵੱਖ ਵੱਖ ਪਾਰਟੀਆਂ ਦੇ ਆਪਣੇ ਰਣਨੀਤੀਆਂ ਬਣਾ ਰਹੀ ਜਿਸ ਤਰ੍ਹਾਂ ਸਾਡੇ ਦਰਸ਼ਕ ਕਹਿ ਰਹੇ ਨੇ ਕਿ ਆਪਣਾ ਜਿਹੜੇ ਕੈਂਡੀਡੇਟ ਨੇ ਉਹ ਪੜ੍ਹੇ ਲਿਖੇ ਹੋਣ ਜਿਸ ਤਰ੍ਹਾਂ ਅਸੀਂ ਕਹਿੰਦੇ ਵੀ ਪੜ੍ਹੇ ਲਿਖਿਆ ਮੈਨੂੰ ਡਿਪਟੀ ਕਮਿਸ਼ਨਰ ਨੇ ਜਿਹੜੇ ਲੱਗੇ ਤੇ ਉਹਨਾਂ ਨੇ ਦੇਣੇ ਆ ਇਹਨਾਂ ਨੂੰ ਸਾਰਾ ਫਿਰ ਹਿਸਾਬ ਦੇਣਾ ਪੈਂਦਾ ਕਿ ਫਲਾਣੀ ਸਕੀਮ ਸਗਨ ਸਕੀਮ ਪੈਨਸ਼ਨ ਸਕੀਮ 'ਚ ਪੈਸੇ ਆਏ ਕਿਹਨੂੰ ਕਿਹਨੂੰ ਦਿੱਤੇ ਪੂਰਾ ਲਿਖਾ ਪੜ੍ਹੀ ਹੁੰਦੀ ਹੈ ਉਹਦੇ ਵਾਸਤੇ ਪੜ੍ਹਿਆ ਲਿਖਿਆ ਹੋਣਾ ਜ਼ਿਆਦਾ ਜ਼ਰੂਰੀ ਹੈ ਬਟ ਹੁਣ ਇਹ ਅਸੀਂ ਸਿਆਸਤ 'ਤੇ ਆ ਜਾਈਏ ਪੰਚਾਇਤ ਚੋਣਾਂ ਦੀ ਇਲੈਕਸ਼ਨ ਦੀ ਸਿਆਸਤ 'ਤੇ ਅਤੇ ਇਹਦੇ 'ਚ ਜਿਸ ਤਰ੍ਹਾਂ ਸਟ੍ਰੈਟੇਜੀ ਅਸੀਂ ਦੱਸੀ ਕਿ ਇਹਦੇ 'ਚ ਕਲੀਅਰ ਕੱਟ ਹੈ ਕਿ ਪੋਲੀਟੀਕਲ ਮਾਈਲੇਜ ਜਿਹੜੀ ਹੈ ਕਾਂਗਰਸ ਨੂੰ ਮਿਲ ਸਕਦੀ ਹੈ ਕਾਂਗਰਸ ਲੈਣ ਦੀ ਪੂਰੀ ਕੋਸ਼ਿਸ਼ ਕਰ ਵੀ ਰਹੀ ਹੈ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਟਾਈਮਿੰਗ ਪੰਚਾਇਤ ਇਲੈਕਸ਼ਨ ਦੇ ਬਹਿਬਲ ਕਲਾਂ ਦੀ ਰਿਪੋਰਟ ਤੋਂ ਬਾਅਦ ਪੰਚਾਇਤ ਇਲੈਕਸ਼ਨ ਹੋਣੇ ਇਹਦਾ ਸਿੱਧਾ ਸਿੱਧਾ ਹੁਣ ਪਰੇਸ਼ਾਨੀ ਹੋਏਗੀ ਕਿਆ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਹੁਣ ਪਿੰਡਾਂ 'ਚ ਜਾ ਕੇ ਉਹਨਾਂ ਖੁੱਲ੍ਹੀ ਤਰ੍ਹਾਂ ਪ੍ਰਚਾਰ ਕਰ ਰਹੇ ਨੇ ਜਾਂ ਕਰ ਪਾਉਣਗੇ ਇਹ ਸਾਰੀਆਂ ਚੀਜ਼ਾਂ ਸਾਰੀਆਂ ਸਾਹਮਣੇ ਆਉਣਗੀਆਂ ਹੁਣ ਕਾਂਗਰਸ ਨੂੰ ਇਹਦੀ ਪੋਲੀਟੀਕਲ ਮਾਈਲੇਜ ਮਿਲਣੀ ਹੈ ਜਿੱਦਾਂ ਅਸੀਂ ਵਾਰ ਵਾਰ ਕਹਿ ਰਹੇ ਕਿ ਆਮ ਆਦਮੀ ਪਾਰਟੀ ਇਹਦੇ ਵਿੱਚ ਸਭ ਤੋਂ ਹੁਣ ਤੱਕ ਦਾ ਮੈਨੂੰ ਕਮਜ਼ੋਰ ਖਿਲਾੜੀ ਲੱਗ ਰਿਹਾ
क्योंकि वह हाले तक मैं लगता नहीं कि विलेज लैवल से उन्होंने पूरा अपना ग्राउंड वर्क किया होएगा। ऐसे ऐसे कैंडीडेट ऐसे चेहरे उन्होंने चुनले हो कि फलाने बंद सरपंच लड़ाना है फलाने बंद पंच बनाना है और वो जाके जो सरपंच बनेगा आम आदमी पार्टी का कैंडीडेट होएगा वो लोगों के कोल जाके की लॉजिक देगा की दलील देगा किदा अपना चोन प्रचार करेगा इट इज़ टू बी वॉचड क्योंकि पार्टी खुद ही फसी पी है। रिमोट कंट्रोल दिल्ली है केजरीवाल और सिसोदिया के हाथ उन्होंने वालों हाले कोई स्ट्रैटेजी है नहीं उन्होंने को टाइम ही नहीं है पंजाब यूनिट में संभालने का सारा खलेरा पिया होया खहरा अलग है बाकी चीमा अलग है ठीक है। इट इज गोइंग टू पे विल टॉक मोर ऑन श्रोमणी अकाली दल बादल एंड कांग्रेस की उन्होंने स्ट्रैटेजी की होएगी और वह की अपने जहन के लैके जा रहे हो जब उन्होंने पता है कि हूँ चोणों का बिगुल जोड़ा वह वज चुके करा इस उत्ते विचार वटांदरा इस ब्रेक तो बाद।